ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਵੈਦਰ ਨਿਊਜ਼ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਤਾਜ਼ਾ ਖਬਰਾਂ ਲੈ ਕੇ ਹਾਜ਼ਰ ਹਾਂ ਸੂਬੇ ਪੰਜਾਬ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੇ ਨਜ਼ਰ ਮਾਰਾਂਗੇ ਸੋ ਵੀਡੀਓ ਦੇ ਵਿੱਚ ਅੰਤ ਤੱਕ ਜਰੂਰ ਬਨੇ ਰਹਿਣਾ ਸਭ ਤੋਂ ਪਹਿਲੀ ਖਬਰ ਗੜਸ਼ੰਕਰ ਤੋਂ ਆ ਰਹੀ ਹੈ ਗੜਸ਼ੰਕਰ ਦੇ ਪਿੰਡ ਦੇ ਵਿੱਚ ਚੋਣਾਂ ਦਾ ਬਾਈਕਾਟ ਕੀਤਾ ਗਿਆ ਸੀ ਫਿਲਹਾਲ ਕੋਈ ਵੀ ਵੋਟ ਜਿਹੜੀ ਹੈ ਉਸ ਇਲਾਕੇ ਦੇ ਵਿੱਚ ਨਹੀਂ ਪਈ ਹੈ ਵਿਧਾਨ ਸਭਾ ਹਲਕਾ ਗੜਸ਼ੰਕਰ ਦੇ ਪਿੰਡ ਬਸਿਆਲਾ ਵਿੱਚ ਇੱਕ ਵੀ ਵੋਟ ਨਹੀਂ ਪਈ ਵੋਟਰਾਂ ਵੱਲੋਂ ਕੀਤੇ ਬਾਈਕਾਟ ਕਰਨਾ ਇੱਥੇ ਕਿਸੇ ਵੀ ਵਿਅਕਤੀ ਨੇ ਵੋਟ ਨਹੀਂ ਪਾਈ ਇੱਥੇ ਦੱਸਣਯੋਗ ਹੈ ਕਿ ਵੋਟਰਾਂ ਵੱਲੋਂ ਇਹ ਬਾਈਕਾਟ ਪਿੰਡ ਦੇ ਕਰੀਲ ਵੀ ਫਟਕਦੇ ਪਿਛਲੇ 3 ਸਾਲ ਤੋਂ ਬੰਦ ਦੇ ਵਿਰੋਧ ਵਿੱਚ ਕੀਤਾ ਗਿਆ ਸੀ ਇੱਥੇ ਇਹ ਦੱਸਣਯੋਗ ਹੈ ਕਿ ਗੜਸ਼ੰਕਰ ਦੇ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਕਿਸੇ ਪਿੰਡ ਦੇ ਵਿੱਚ ਵੋਟ ਨਹੀਂ ਪਈ ਹੈ ਅਗਲੀ ਖਬਰ ਪੰਜਾਬ ਚ ਜੇਕਰ ਗੱਲ ਕਰੀਏ 5 ਵਜੇ ਤੱਕ 62% ਦੀ ਪੋਲਿੰਗ ਕਾਂਗਰਸੀ ਅਕਾਲੀ ਵਰਕਰ ਭਿੜਿਆ ਗੋਲੀਆਂ ਚੱਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ VOTING ਚ ਚੱਲੀ ਅਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ ਪੰਜਾਬ 'ਚ ਜੇਕਰ ਗੱਲ ਕਰੀਏ ਤਾਂ 5 ਵਜੇ ਤੱਕ ਜਿਹੜਾ ਹੈ 60% ਦੇ ਨਾਲ ਹੈ ਜਿਹੜਾ ਫਾਜ਼ਲ ਕਾ ਸਭ ਤੋਂ ਅੱਗੇ ਚੱਲ ਰਿਹਾ ਸੀ ਉਸ ਤੋਂ ਬਾਅਦ ਲਗਭਗ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਮਤਲਬ ਪਿਛਲੀ ਵਾਰ ਵੋਟਾਂ ਦੇ ਵਿੱਚ 2017 ਦੇ ਵਿੱਚ 75% ਲੋਕਾਂ ਨੇ ਵੋਟਾਂ ਜਿਹੜੀਆਂ ਸਨ ਪਾਈਆਂ ਸਨ ਕਈ ਥਾਵਾਂ ਤੇ ਜਿਹੜਾ ਪੰਜਾਬ ਦੇ ਵਿੱਚ EVM ਮਸ਼ੀਨਾਂ ਦੇ ਵਿੱਚ ਦਿੱਕਤ ਆਈ ਸੀ ਤੇ ਮਸ਼ੀਨਾ ਖੜਨ ਦੀ ਵੀ ਪ੍ਰੋਬਲਮ ਆਈ ਸੀ ਕਈ ਥਾਵਾਂ ਤੇ ਕਾਂਗਰਸੀ ਤੇ ਅਕਾਲੀ ਵਰਕਰ ਪਿੜੇ ਵੀ ਐ ਤੇ ਗੋਲੀਆਂ ਵੀ ਚੱਲੀਆਂ ਦੂਜੇ ਪਾਸੇ ਮੋਗਾ ਤੋਂ ਖਬਰ ਸੀ ਸੌਨੂ ਸੂਤ ਦਾ ਇਲਜ਼ਾਮ ਹੈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਮੋਗਾ ਦੇ ਕੁਝ ਬੂਥਾਂ ਤੇ ਪੈਸੇ ਵੰਡੇ ਜਾ ਰਹੇ ਹਨ ਇਸ ਤਰ੍ਹਾਂ ਦਾ ਉਹਨਾਂ ਨੇ ਇਲਜ਼ਾਮ ਲਾਇਆ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਚੱਲ ਰਹੀ VOTING ਦੌਰਾਨ ਅਦਾਕਾਰ ਸੌਨੂ ਸੂਤ ਨੂੰ ਪੁਲਿਸ ਪ੍ਰਸ਼ਾਸਨ ਨੇ ਅੱਜ ਨੂੰ ਮੋਗਾ ਦੇ ਇੱਕ ਪੂਲਿੰਗ ਬੂਥ ਪੋਲਿੰਗ ਬੂਥ ਦੇ ਵਿੱਚ ਦਾਖਲ ਹੋਣ ਤੋਂ ਰੋਕ ਲਿਆ ਦਰਅਸਲ ਉਹਨਾਂ ਦੇ ਭੈਣ ਮਾਲਵੀਗਾ ਸੂਧਾ ਇੱਥੇ ਚੋਣ ਲੜ ਰਹੀ ਸੀ ਤੇ ਇਸ ਉੱਤੇ ਸੋਨੂ ਸੂਦ ਨੇ ਕਿਹਾ ਕਿ ਸਾਨੂੰ ਕਈ ਪੋਲਿੰਗ ਬੂਥਾਂ ਉੱਤੇ ਵਿਰੋਧੀ ਧਿਰ ਵੱਲੋਂ ਧਮਕੀ ਭਰੇ ਕਾਲਾਂ ਦੀ ਸੂਚਨਾ ਮਿਲੀ ਸੀ ਇਹ ਕਾਲਾਂ ਖਾਸ ਕਰਕੇ ਕਾਲੀ ਦਲ ਦੇ ਲੋਕਾਂ ਦੀਆਂ ਸਨ ਕਈ ਬੂਥਾਂ ਉੱਤੇ ਪੈਸੇ ਵੰਡੇ ਜਾ ਰਹੇ ਹਨ ਅਜਿਹੇ ਵਿੱਚ ਸਾਡੀ ਜ਼ਿੰਮੇਵਾਰੀ ਵੜਦੀ ਹੈ ਕਿ ਅਸੀਂ ਉੱਤੇ ਜਾ ਕੇ ਜਾਂਚ ਕਰੀਏ ਤੇ ਨਿਰਪੱਖ ਚੋਣਾ ਯਕੀਨੀ ਬਣਾਈਏ ਇਸ ਲਈ ਅਸੀਂ ਉੱਤੇ ਗਏ ਸੂਬੇ ਵਿੱਚ ਨਿਰਪੱਖ ਚੋਣਾ ਹੋਣਾ ਚਾਹੀਦਾ ਹਨ ਤੇ ਦੱਸ ਦਈਏ ਕਿ ਸੋਨੂ ਸੂਦ ਵੱਲੋਂ ਬੂਥਾਂ ਉੱਤੇ ਜਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਉੱਤੇ ਅਬਜ਼ਰਵਰ ਦੀ ਹਦਾਇਤ ਉਤੇ ਪੁਲਿਸ ਨੇ ਕਾਲੀ ਰੰਗ ਦੀ ਐਂਡੈਵਰ ਨੂੰ ਕਬਜ਼ੇ ਚ ਲਿਆ ਇਸ ਤਰ੍ਹਾਂ ਦੀ ਖਾਸ ਖੁਰਤੇ ਮੋਗਾ ਤੋਂ ਖਬਰ ਪ੍ਰਾਪਤ ਹੋਈ ਹੈ ਦੂਜੇ ਪਾਸੇ ਪੰਜਾਬ ਚ ਵੋਟਾਂ ਪੈਣ ਦੌਰਾਨ ਡੇਰਾ ਸੱਚਾ ਸੋਦਾ ਬਾਰੇ ਸੀਐਮ ਚੰਨੀ ਦਾ ਵੱਡਾ ਬਿਆਨ ਸਾਹਮਣੇ ਆਇਆ ਸੀ ਉਸ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ ਹਰ ਕੋਈ ਕਹਿ ਰਿਹਾ ਹੈ ਕਿ ਇਸ ਕਾਂਗਰਸ ਪਾਰਟੀ ਜਿੱਤ ਰਹੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਚ ਇੱਕ ਤਰਫਾ ਵੋਟ ਪੈ ਰਹੀ ਹੈ ਤੇ ਪਾਰਟੀ ਵੱਡੇ ਮਾਰਜਨ ਨਾਲ ਜਿੱਤੇਗੀ ਇਸ ਦੇ ਨਾਲ ਹੀ ਡੇਰਾ ਸੱਚਾ ਸੌਦਾ ਬਾਰੇ ਬਿਆਨ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਾਲੀ ਤੇ ਲੱਤੀ ਭਾਜਪਾ ਵਾਲੇ ਡੇਰਾਵਾਦ ਨੂੰ ਵਡਾਵਾ ਦੇ ਰਹੇ ਹਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਕਾਲੀ ਅਤੇ ਭਾਜਪਾ ਦੀ ਭਾਈਵਾਲੀ ਖੁੱਲ ਕੇ ਸਾਹਮਣੇ ਆ ਰਹੀ ਹੈ ਦੋਵੇਂ ਡੇਰਾ ਸੱਚਾ ਸੌਦਾ ਦਾ ਸਮਰਥਨ ਲੈ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕ ਇਹਨਾਂ ਦੇ ਖਿਲਾਫ ਡਟ ਕੇ ਖੜੇ ਹਨ ਉਹਨਾਂ ਤਾਂ ਜੇ ਕਹਿੰਦੇ ਆ ਕਿ ਬਰਾਤ ਜਿੰਨੀ ਮਰਜ਼ੀ ਵੱਡੀ ਹੋਵੇ ਪਿੰਡ ਤੋਂ ਘੱਟ ਹੀ ਹੁੰਦੀ ਹੈ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹਲਾਨੇ ਕਿ ਭਗਵੰਤ ਮਾਨ ਨੂੰ ਡੇਰਾ ਸੱਚਾ ਸੌਦਾ ਦੀਆਂ ਵੋਟਾਂ ਪੈ ਰਹੀਆਂ ਹਨ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਧੂਰੀ ਚ ਡੇਰੇ ਦਾ ਸਮਰਥਨ ਮੰਗਿਆ ਉਹਨਾਂ ਨੇ ਕਿਹਾ ਕਿ ਇਹਨਾਂ ਪਾਰਟੀਆਂ ਦੀ ਇਹ ਸਾਰੀ ਨਿਰਾਸ਼ਾ ਅਤੇ ਰਿਪੋਰਟਾਂ ਦੱਸਦੀਆਂ ਹਨ ਕਿ ਕਾਂਗਰਸ ਬਹੁਮਤ ਨਾਲ ਪੰਜਾਬ 'ਚ ਸਰਕਾਰ ਬਣਾ ਰਹੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਅੰਮ੍ਰਿਤਸਰ 'ਚ ਨਵਜੋ ਸਿੰਘ ਵੱਡੇ ਮਾਰਜ ਨਾਲ ਜਿੱਤ ਰਿਹਾ ਤੇ ਅਮੀਰ ਅਤੇ ਰਜਵਾੜਿਆਂ ਦੇ ਹੱਥੋਂ ਸੱਤਾ ਨਿਕਲ ਕੇ ਗਰੀਬਾਂ ਦੇ ਹੱਥਾਂ ਦੇ ਵਿੱਚ ਆ ਰਹੀ ਹੈ ਇਸ ਤਰ੍ਹਾਂ ਦਾ ਉਹਨਾਂ ਨੇ ਤਾਂ ਜਿੱਗਸਿਆ ਪਰ ਜੇਕਰ ਦੇਖਿਆ ਜਾਵੇ ਤਾਂ ਗਰੀਬ ਇਹ ਕਿਸ ਨੂੰ ਕਹਿ ਰਿਹਾ ਹੈ ਇਸ ਦੀ ਹੱਲੇ ਤੱਕ ਜਿਹੜੀ ਸਮਝ ਸਾਨੂੰ ਵੀ ਨਹੀਂ ਆਈ ਤੁਸੀਂ ਆਪ ਸਿਆੜਿਓ ਅਗਲੀ ਖਬਰ ਫਰੋਹੀਪੁਰ ਤੇ ਬਠਿੰਡਾ ਚ ਝਾੜਪ ਚੱਲੀਆਂ ਗੋਲੀਆਂ 150 ਕਾਂਗਰਸੀਆਂ ਤੇ ਪਰਚਾ ਦਰਜ ਹੋਇਆ ਅ ਤੁਹਾਨੂੰ ਦੱਸ ਦਈਏ ਕਿ ਖਾਸ ਤੌਰ ਤੇ ਫਰੋਹੀਪੁਰ ਤੋਂ ਖਬਰ ਆਈ ਹੈ ਫਰੋਹੀਪੁਰ ਤੇ ਬਠਿੰਡਾ ਤੋਂ ਗੋਲੀਆਂ ਚੱਲਣ ਦੀ ਖਬਰ ਹੈ ਝਾੜਪ ਦੀਆਂ ਜਿਹੜੀਆਂ ਹਨ ਖਬਰਾਂ ਆਈਆਂ ਹੈ ਬਠਿੰਡਾ ਦੇ ਨਰੂਆਣਾ ਰੋਡ ਤੇ ਅਕਾਲੀ ਤੇ ਕਾਂਗਰਸੀ ਵਰਕਰਾਂ ਦੇ ਵਿੱਚ ਵਿਚਾਲੇ ਝਗੜਾ ਹੋ ਗਿਆ ਅਕਾਲੀ ਦਲ ਦੇ ਸਾਬਕਾ ਕੌਂਸਲਰ ਹਰਜਿੰਦਰ ਟੋਨੀ ਨੇ ਕਾਂਗਰਸੀ ਵਰਕਰਾਂ ਉੱਤੇ ਬਾਹਰਲੇ ਬੰਦਿਆਂ ਨਾਲ ਰਲ ਕੇ ਵੋਟਰਾਂ ਨੂੰ ਪੈਸੇ ਵੰਡਣ ਦਾ ਦੋਸ਼ ਲਾਇਆ ਅਕਾਲੀ ਆਗੂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਹਵਾਈ ਫਾਇਰਿੰਗ ਕਰ ਦਿੱਤੀ ਤੇ ਉਹਨਾਂ ਦੀ ਇੱਕ ਗੱਡੀ ਵੀ ਪੰਨੀ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਚੰਦਰਜੀਤ ਸਿੰਘ ਜੰਨੀ ਨੇ ਅਕਾਲੀ ਵਰਕਰਾਂ ਨਾਲ ਗੱਲਬਾਤ ਕੀਤੀ ਦੂਜੀ ਪਾਸੇ ਘਟਨਾ ਤੋਂ ਬਾਅਦ ਕਾਂਗਰਸੀ ਮੌਕੇ ਤੋਂ ਫਰਾਰ ਹੋ ਗਏ ਡੀਐਸਪੀ ਨੇ ਦੱਸਿਆ ਕਿ ਪੁਲਿਸ ਅਕਾਲੀ ਦਲ ਦੇ ਸਾਬਕਾ ਕੌਂਸਲਰ ਟੋਨੀ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕਰੇਗੀ ਤਿੰਨ ਨੌਜਵਾਨਾਂ ਨੂੰ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਕੇ ਪੁੱਛਗਿੱਛ ਕਰ ਰਹੀ ਹੈ ਦੂਜੇ ਪਾਸੇ ਫਰੋਹੀਪੁਰ ਦੇ ਪਿੰਡ ਟਾਰੀ ਵਿੱਚ ਕਾਂਗਰਸੀਆਂ ਨੇ ਭਾਜਪਾ ਵਰਕਰਾਂ ਉੱਤੇ ਜਾਣ ਲਈ ਵਾਹਮਲਾ ਕੀਤਾ ਕਾਂਗਰਸੀ ਚੇਅਰਮੈਨ ਸੁਖਵਿੰਦਰ ਸਿੰਘ ਦਵਿੰਦਰ ਸਿੰਘ ਡਾਕਟਰ ਅਫਤਾਰ ਸਿੰਘ ਗੁਰシャン ਸਿੰਘ ਸਣੇ 150 ਲੋਕਾਂ ਦੇ ਪਰਚਾ ਦਰਜ ਕੀਤਾ ਗਿਆ ਥਾਣਾ ਆਰਐਫਕੇ ਚ ਮਾਮਲਾ ਦਰਜ ਹੈ ਇਸ ਤੋਂ ਪਹਿਲਾਂ ਬਧੌੜ ਦੇ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਆਮ ਆਪ ਉਮੀਦਵਾਰ ਲਾਲ ਸਿੰਘ ਗੁੱਗੋ ਕੇ ਉੱਤੇ ਹਮਲਾ ਕਰਕੇ ਕਰਨ ਦੀ ਜਿਹੜੀ ਹੈ ਖਬਰ ਸਾਹਮਣੇ ਆਈ ਸੀ ਅਗਲੀ ਖਬਰ ਹੈ ਅਮਰਸਰ ਚ ਦੋ ਨੌਜਵਾਨਾਂ ਦਾ ਛੁਰੀਆਂ ਮਾਰ ਕੇ ਕਤਲ ਹੋਇਆ ਹੈ ਇੱਥੇ ਰਾਮਬਾਗ ਨੇੜੇ ਚਿਤਰਾ ਸਿਨੇਮਾ ਦੇ ਕੋਲ ਦੋ ਨੌਜਵਾਨਾਂ ਦਾ ਹਮਲਾ ਹਮਲਾਵਰਾਂ ਵੱਲੋਂ ਛੁਰੀਆਂ ਮਾਰ ਕੇ ਕਤਲ ਕੀਤਾ ਗਿਆ ਮ੍ਰਿਤਕਾਂ ਦੀ ਪਛਾਣ ਸ਼ਨਾਖਤ ਰਿਸ਼ਭ 27 ਵਾਸੀ ਭਾਂਡਿਆ ਵਾਲਾ ਬਾਜ਼ਾਰ ਦੂਜਾ ਜਗਦੀਸ਼ ਨਗਰ 32 ਬੰਬੇ ਵਾਲਾ ਕੂ ਹਾਲ ਜੰਮੂ ਵੱਜੋਂ ਹੋਈ ਹੈ ਥਾਣਾ ਰਾਮਬਾਗ ਦੀ ਪੁਲਿਸ ਵੱਲੋਂ ਦੋਵਾਂ ਲਾਸ਼ਾਂ ਦਾ ਪੋਸਟਮਾਰਟਮ ਕਰਾਇਆ ਜਾ ਰਿਹਾ ਤੇ ਗਾਤਲਾਂ ਦੀ ਭਾਲ ਜਾਰੀ ਹੈ ਅਮਰਸਰ ਤੋਂ ਇੱਕ ਖਬਰ ਪ੍ਰਾਪਤ ਹੋਈ ਹੈ ਇਸ ਤੋਂ ਪਹਿਲਾਂ ਜਿਹੜੀਆਂ ਹਨ ਅਲੱਗ-ਅਲੱਗ ਥਾਵਾਂ ਤੋਂ ਜਿਹੜੀਆਂ ਵਾਰਦਾਤਾਂ ਪੰਜਾਬ ਦੇ ਵਿੱਚ ਬੂਟਾ ਵਾਲੀ ਦੇਣੇ ਦਰਜ ਕੀਤੀਆਂ ਗਈਆਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹਿਣਾ ਪੋਜਰਾਏ ਪਿੰਡ 'ਚ ਰਵਿਦਾਸ ਮੰਦਿਰ ਦੇ ਪੁਜਾਰੀ ਦੀ ਹੱਤਿਆ ਨਾਲ ਲੋਕਾਂ 'ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਗੁਰਦਾਸਪੁਰ ਤੋਂ ਖਬਰ ਹੈ ਪੰਜਾਬ ਦੇ ਗੁਰਦਾਸਪੁਰ ਦੇ ਕੱਲਾਨੌਰ ਖੇਤਰ 'ਚ ਡੇਰਾ ਬਾਬਾ ਨਾਨਕ ਵਿਧਾਨ ਸਭਾ ਇਲਾਕੇ ਦੇ ਪੋਜਰਾਏ ਪਿੰਡ ਚੈਤਵਾਰ ਸਵੇਰੇ ਭਾਵ ਗੁਰੂ ਰਵਿਦਾਸ ਮੰਦਿਰ ਦੇ ਪੁਜਾਰੀ ਦੀ ਥੋੜਾ ਦੇ ਥੋੜਾ ਆਮ ਦੀ ਹੱਤਿਆ ਕਰ ਦਿੱਤੀ ਗਈ ਹੈ ਬਦਮਾਸ਼ਾਂ ਨੇ ਉਸ ਦੇ ਸਿਰ ਤੇ ਰੋਡ ਨਾਲ ਬਾਰ ਕੀਤਾ ਵਾਰਦਾਤ ਤੋਂ ਬਾਅਦ ਗੁੱਸੇ ਚ ਆਏ ਪਿੰਡ ਵਾਸੀਆਂ ਨੇ ਵੋਟਾਂ ਪਾਉਣ ਤੋਂ ਸਖਤ ਮਨਾਹੀ ਕਰ ਦਿੱਤੀ ਹੈ ਦੱਸ ਦਈਏ ਕਿ ਡੇਰਾ ਬਾਬਾ ਨਾਨਕ ਵਿਧਾਨ ਸਭਾ ਸੀਟਾ ਗੁਰਦਾਸਪੁਰ ਜ਼ਿਲ੍ਹੇ ਚ ਆਉਂਦੀ ਹੈ ਇੱਥੇ ਕਾਂਗਰਸ ਵੱਲੋਂ ਪੰਜਾਬ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਮੀਦਵਾਰ ਹਨ ਪਿੰਡ ਵਾਸੀ ਫਿਲਹਾਲ ਦਹਿਸ਼ਤ ਚ ਹਨ ਅਤੇ ਪੁਜਾਰੀ ਦੇ ਹਥਿਆਰਿਆਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਹਨ ਵਿਵਾਦ ਵਾਧਾ ਦੇ ਕੇ ਐਸਐਸਪੀ ਨਾਨਕ ਸਿੰਘ ਅਤੇ ਡੀਸੀ ਮੁਹੰਮਦ ਮੌਕੇ ਉੱਤੇ ਪਹੁੰਚੇ ਅਗਲੀ ਖਬਰ ਹੈ ਚੋਣਾਂ ਤੋਂ ਪਹਿਲਾਂ ਡੇਰਾ ਬਿਆਸ ਵੱਲੋਂ ਵੋਟਾਂ ਲਈ ਆਪਣੇ ਪੈਰੋਕਾਰਾਂ ਨੂੰ ਸਪਸ਼ਟ ਸਨੇਹਾ ਭੇਜਿਆ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਧਾਰਮਿਕ ਡੇਰਿਆਂ ਦਾ ਅਹਿਮ ਰੋਲ ਰਹਿਣ ਵਾਲਾ ਹੈ ਇਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਪਰ ਡੇਰਾ ਸਤਸੰਗ ਬਿਆਸ ਨੇ ਚੋਣਾਂ ਤੋਂ ਪਹਿਲਾਂ ਆਪਣੇ ਪੈਰੋਕਾਰਾਂ ਨੂੰ ਸਪਸ਼ਟ ਸਨੇਹਾ ਦਿੱਤਾ ਡੇਰਾ ਬਿਆਸ ਨੇ ਸੰਗਤਾਂ ਨੂੰ ਆਪਣੀ ਮਰਜ਼ੀ ਤੇ ਸੂਝ-ਬੂਝ ਨਾਲ ਵੋਟਾਂ ਦਾ ਇਸਤੇਮਾਲ ਕਰਨ ਦੀ ਸੂਚਿਤ ਕੀਤਾ ਡੇਰਾ ਡੇਰੇ ਦੇ ਵੱਲੋਂ ਜਾਰੀ ਪੱਤਰ ਡੇਰਾ ਬਿਆਸ ਦੇ ਸਾਥ ਸੰਗ ਘਰਾਂ ਦੇ ਬਾਹਰ ਲਗਾ ਦਿੱਤਾ ਗਿਆ ਤੇ ਤਾਂ ਜੋ ਜੋ ਵੀ ਸੰਗਤ ਆਵੇ ਇਸ ਨੂੰ ਪੜ੍ਹੇ ਤੇ ਅਮਲ ਕਰੇ ਜਾਰੀ ਪੱਤਰ ਵਿੱਚ ਲਿਖਿਆ ਗਿਆ ਡੇਰਾ ਬਾਬਾ ਜੈਮਲ ਸਿੰਘ ਬਿਆਸ ਇੱਕ ਨਿਰਲੋ ਨਿਰੋਲ ਧਾਰਮਿਕ ਸੰਸਥਾ ਹੈ ਜਿਸ ਦਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਕੋਈ ਵੀ ਸੰਬੰਧ ਨਹੀਂ ਹੈ ਜੇਕਰ ਕੋਈ ਰਾਜਨੀਤਿਕ ਪਾਰਟੀ ਡੇਰਾ ਬਿਆਸ ਦਾ ਨਾਮ ਵਰਤ ਕੇ ਵੋਟਾਂ ਮੰਗੇ ਤਾਂ ਤੁਰੰਤ ਡੇਰਾ ਬਿਆਸ ਨੂੰ ਦੱਸਿਆ ਜਾਵੇ ਤਾਂ ਕਿ ਕੋਈ ਵੀ ਰਾਜਨੀਤਿਕ ਪਾਰਟੀ ਆਪਣੇ ਨਿੱਜੀ ਸਵਾਰਥ ਲਈ ਡੇਰੇ ਦੀ ਵਰਤੋਂ ਨਾ ਕਰ ਸਕੇ ਅਗਲੀ ਖਬਰ ਸੁਨੂਸੂਦ ਦੀ ਗੱਡੀ ਪੁਲਿਸ ਨੇ ਕਾਬੂ ਚ ਦੂਜੇ ਪੋਲਿੰਗ ਬੂਥਾਂ ਤੇ ਜਾ ਕੇ ਪਰਮਾਉਣ ਦੀ ਜਿਹੜੀ ਹੈ ਦੋਸ਼ ਲੱਗੇ ਹੈ ਜਿਹੜੀ ਆਪਾਂ ਜਾਣਕਾਰੀ ਤੁਹਾਨੂੰ ਪਹਿਲਾਂ ਹੀ ਦੇ ਚੁੱਕੇ ਹਾਂ ਅਗਲੀ ਖਬਰ ਦੀ ਗੱਲ ਕਰਾਂਗੇ ਅਗਲੀ ਖਬਰ ਖਾਸ ਤੌਰ ਤੇ ਆਪ ਦੇ ਬਾਰੇ ਹੈ ਚੋਣਾਂ ਦੌਰਾਨ ਜਿਹੜਾ ਹੈ ਆਪ ਨੇ ਤਰਗਵ ਚੱਡਣੇ ਪੰਜਾਬ ਚ ਬੂਥ ਕੈਪਚਰਿੰਗ ਤੇ EVM ਨਾਲ ਛੇੜਛਾੜ ਦੇ ਦੋਸ਼ ਲਗਾਏ ਹੈ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਤੇ ਪੰਜਾਬ ਦੇ ਸਹਿਜ ਜਗਰਾਗਵ ਚੱਡਣੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਵੋਟਿੰਗ ਦੇ ਦਿਨ EVM ਨਾਲ ਛੇੜਛਾੜ ਤੇ ਬੂਥ ਕੈਪਚਰਿੰਗ ਦੇ ਦੋਸ਼ ਲਗਾਏ ਹਨ ਲਗਾਤਾਰ ਕਈ ਟਵੀਟਸ ਵਿੱਚ ਆਪ ਨੇਤਾ ਰਾਗਵ ਚੱਡਾ ਨੇ ਪੰਜਾਬ ਭਾਰ ਵਿੱਚ ਕਈ ਬੂਥਾਂ ਤੇ EVM ਨਾਲ ਛੇੜਛਾੜ ਦਾ ਦੋਸ਼ ਲਗਾਇਆ ਹੈ ਐਨਾ ਹੀ ਨਹੀਂ ਆਪ ਆਗੂ ਨੇ ਕਾਲੀਦਾਲ ਉੱਤੇ ਬੂਥ ਕੈਪਚਰਿੰਗ ਦੇ ਦੋਸ਼ ਵੀ ਲਗਾਏ ਹੈ ਇਸ ਤਰ੍ਹਾਂ ਦੇ ਜਿਹੜੇ ਹਨ ਇਲਜ਼ਾਮ ਰਾਗਵ ਚੱਡਾ ਦੇ ਵੱਲੋਂ ਲਗਾਏ ਗਏ ਆਗਲੀ ਖਬਰ ਵਿਕਰਮਜੀਤਿਆ ਨੇ ਨਵਜੋਤ ਸਿੰਘ ਸਿੱਧੂ ਅੱਗੇ ਜੋੜੇ ਹੱਥ ਪੋਲਿੰਗ ਬੂਥ ਤੇ ਹੋਇਆ ਟਕਰਾ ਪੰਜਾਬ ਚ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਦੇ ਦੌਰਾਨ ਦੋ ਦਿਗਜੇ ਸਿਆਸਦਾਨ ਇੱਕ ਦੂਜੇ ਖਿਲਾਫ ਡਟੇ ਹੋਏ ਹਨ ਅਕਾਲੀ ਦਲ ਦੇ ਆਗੂ ਵਿਕਰਮ ਮਜੀਠੇ ਤੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਪੂਰਬੀ ਸੀਟ ਤੋਂ ਸਖਤ ਮੁਕਾਬਲਾ ਦੇ ਰਹੇ ਹਨ ਸਿੱਧੂ ਦੀ ਚੁਣੌਤੀ ਕਬੂਲ ਕਰਦੇ ਹੋਏ ਵਿਕਰਮ ਮਜੀਠਿਆ ਨੇ ਮਜੀਠਾ ਛੱਡ ਸਿਰਫ ਇੱਕ ਸੀਟ ਤੋਂ ਚੋਣ ਲੜਨ ਦਾ ਫੈਸਲਾ ਕੀਤਾ ਪੂਲਿੰਗ ਦੌਰਾਨ ਇੱਕ ਹੈਰਾਨ ਕਰਨ ਵਾਲਾ ਦ੍ਰਿਸ਼ ਸਭ ਦੇਖਣ ਨੂੰ ਮਿਲਿਆ ਚੋਣਾਂ ਦੀ ਸੁਭਾਵਾਂ ਦੀਆਂ ਸਟੇਜਾਂ ਤੋਂ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ ਨਵਜੋਤ ਸਿੱਧੂ ਤੇ ਵਿਕਰਮ ਮਜੀਠਿਆ ਇੱਕ ਦੂਜੇ ਦੇ ਸਾਹਮਣੇ ਆ ਗਏ ਦਰਅਸਲ ਦੋਨੋਂ ਲੀਡਰ ਆਪਣੇ ਵੋਟ ਦਾ ਅਧਿਕਾਰ ਇਸਤੇਮਾਲ ਕਰਦੇ ਹੋਏ ਵੋਟ ਪਾਉਣ ਲਈ ਵੇਰਕਾ ਪਹੁੰਚੇ ਸੀ ਇਸ ਦੌਰਾਨ ਮਜੀਠੀਆ ਵੋਟ ਪਾ ਕੇ ਬਾਹਰ ਆ ਰਹੇ ਸੀ ਤਾਂ ਨਵਜੋਤ ਸਿੱਧੂ ਵੋਟ ਪਾਉਣ ਜਾ ਰਹੇ ਸੀ ਨਵਜੋਤ ਸਿੱਧੂ ਨੂੰ ਵੇਖਣ ਮਗਰੋਂ ਮਜੀਠੀਆ ਨੇ ਹੱਥ ਜੋੜ ਕੇ ਤੇ ਨਵਜੋਤ ਸਿੱਧੂ ਨੂੰ ਹਾਲਚਾਲ ਵੀ ਪੁੱਛਿਆ ਇਸ ਮਗਰੋਂ ਸਿੱਧੂ ਵੀ ਉਹਨਾਂ ਨੂੰ ਜਵਾਬ ਦੇ ਉੱਥੋਂ ਰਵਾਨਾ ਹੋ ਗਏ ਦਿਲਚਸਪ ਗੱਲ ਇਹ ਰਹੀ ਕਿ ਦੋ ਸਟੇਜਾਂ ਤੋਂ ਇੱਕ ਦੂਜੇ ਨੂੰ ਟੂੰ-ਟੂੰ ਕਰਨ ਵਾਲੇ ਜਦ ਇੱਕ ਦੂਜੇ ਸਾਹਮਣੇ ਆਏ ਤਾਂ ਬੜੇ ਆਦਬੀ ਨਜ਼ਰ ਆਏ ਅਗਲੀ ਖਬਰ ਰਾਜਸਥਾਨ 'ਚ ਵਾਪਰਿਆ ਦਰਦਨਾਕ ਹਾਦਸਾ ਨਦੀ 'ਚ ਡਿੱਗੀ ਬਰਾਤ ਵਾਲੀ ਕਾਰ ਲਾੜੇ ਸਮੇਤ 9 ਲੋਕਾਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ। Rajasthan ਦੇ कोटा ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਇੱਥੇ ਲਾੜੇ ਅਤੇ ਹੋਰ ਲੋਕਾਂ ਨੂੰ ਲੈ ਕੇ ਜਾਦੀ ਕਾਰ ਚੰਬਲ ਨਦੀ ਦੇ ਵਿੱਚ ਡਿੱਗ ਪਈ ਸਾਲਸੇ 'ਚ 9 ਲੋਕਾਂ ਦੀ ਮੌਤ ਹੋਈ ਹੈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਲਾੜੇ ਦੀ ਗੱਡੀ ਨਯਾਪੁਰਾ ਪੁਲ ਤੋਂ ਲੰਘ ਰਹੀ ਸੀ ਅਚਾਨਕ ਗੱਡੀ ਬੇਕਾਬੂ ਹੋ ਕੇ ਪੁਲ ਪੁਲੀ ਤੋਂ ਹੇਠਾਂ ਚੰਬਲ ਨਦੀ ਦੇ ਵਿੱਚ ਜਾ ਡਿੱਗੀ। ਇਹ ਬਰਾਤ ਚੌਧ ਦੇ ਬਰਵਾੜਾ ਤੋਂ ਆਈ ਸੀ। ਖਾਸ ਤੌਰ ਤੇ ਜਿਹੜੀ ਹੈ 9 ਲੋਕਾਂ ਦੀ ਮੌਤ ਹੋਣ ਦੀ ਖਬਰ ਪ੍ਰਾਪਤ ਹੋਈ ਹੈ ਸੋ ਇਹ ਸਨ ਅੱਜ ਦੇ ਮੁੱਖ ਬਰਾ ਮਿਲਾਂਗੇ ਅਗਲੇ ਤਾਜ਼ਾ ਬੁਲੇਟਨ ਦੇ ਨਾਲ ਉਮੀਦ ਹੈ ਕਿ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੋਵੇਗਾ ਧੰਨਵਾਦ ਮਿਹਰਬਾਨੀ